ਦੋਸਤੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਅੱਜ ਹੈ ਸ਼ਾਮ ਦੀ 6 ਵਜੇ ਲੱਗੇ, ਅੱਜ ਔਗਸਟ 8 ਹੈ। ਮੇਰੇ ਨਾਲ ਜੁੜੇ ਆ ਫਾਦਰ ਸਾਹਿਬ ਕਰਨ ਕੁਮਾਰ। ਇੱਕ ਕੇਸ ਅਸੀਂ ਫਾਈਲ ਕੀਤਾ ਸੀ, ਉਹਨਾਂ ਦਾ ਵੀਜ਼ਾ ਲੱਗਿਆ, ਸਪਾਊਸ ਵੀਜ਼ਾ। ਪਰ ਮੈਂ ਉਹਨਾਂ ਨੂੰ ਫਾਦਰ ਸਾਹਿਬ ਨੂੰ ਤਾਂ ਇਨਵਾਈਟ ਕੀਤਾ ਕਿਉਂਕਿ ਫਾਦਰ ਸਾਹਿਬ ਉਹਨਾਂ ਦੇ ਆਪ ਜੋਤਿਸ਼ ਹੈ, ਜੋਤਿਸ਼ ਨੂੰ ਫੋਲੋ ਕਰਦੇ ਆ, ਪ੍ਰੈਕਟਿਸ ਵੀ ਕਰਦੇ ਆ। ਅਤੇ ਕਿੱਥੇ ਆਪਣਾ ਆਫਿਸ ਹੈ ਜੋਤਿਸ਼ ਦਾ, ਕਿੱਥੇ ਰੱਖਿਆ ਆਫਿਸ ਵਾਲਾ? ਆਪਣਾ ਜੀ, ਆਪਣਾ ਆਫਿਸ ਹੈਗਾ ਜੀ ਦੋਦਾ, ਅੱਛਾ, ਮੁਕਤਸਰ, ਡਿਸਟ੍ਰਿਕਟ ਮੁਕਤਸਰ। ਤੇ ਕਾਫੀ ਕਾਫੀ ਕਲਾਇੰਟਸ ਵਾਲਾ ਕਰਦੇ ਹੋ ਡੀਲ ਤੁਸੀਂ, ਕਿਸ ਤਰ੍ਹਾਂ ਦੇ ਕੇਸਿਸ ਨੂੰ ਡੀਲ ਕਰਦੇ ਹੋ? ਹਰ ਤਰ੍ਹਾਂ ਦੇ ਕਰਦੇ ਆ ਜੀ, ਜਿਵੇਂ ਘਰੇਲੂ ਸਮੱਸਿਆ, ਕਿਸੇ ਨੇ ਕੋਈ ਪੜ੍ਹਾਈ ਚ ਰੁਕਾਵਟ ਹੈਗੀ ਹੈ, ਜਾਂ ਕੋਈ ਸਰੀਰਕ ਕਸ਼ਟ ਹੈ, ਜਾਂ ਕੋਈ ਮਤਲਬ ਕਿਸੇ ਪਰ ਕੋਈ ਮਤਲਬ ਗ੍ਰਹਿ ਦਸ਼ਾ ਖਰਾਬ ਚੱਲਦੀ ਹੈ, ਗ੍ਰਹਿ ਦਾ ਉਪਾਅ ਕਰਨਾ। ਅੱਛਾ, ਤੁਸੀਂ ਤੁਸੀਂ ਇਹ ਤੁਸੀਂ ਇਹ ਤੁਹਾਡੇ ਨਾਲ ਮੇਰੀ ਪਹਿਲਾਂ ਵੀ ਗੱਲ ਹੋ ਚੁੱਕੀ ਹੈ ਕਿ ਵੀ ਲੋਕਾਂ ਨੇ ਵਿਦੇਸ਼ ਜਾਣਾ ਹੁੰਦਾ ਹੈ, ਵਿਦੇਸ਼ ਜਾਣ ਦਾ ਇੱਕ ਯੋਗ ਹੁੰਦਾ ਹੈ ਜੋਤਿਸ਼ ਵਿੱਚ, ਜਿਹੜੇ 12ਵੇਂ ਘਰ ਤੋਂ ਜਾਂ 12ਵੇਂ ਸਵਾਮੀ ਤੋਂ ਡਿਸਾਈਡ ਹੁੰਦਾ ਹੈ ਕਿ ਵੀ ਅਗਰ 12ਵੇਂ ਹਾਊਸ ਹੈ, ਅਗਰ ਉਹਦੀ ਪੋਜੀਸ਼ਨ ਫਲਾਨੀ ਇਸ ਤਰ੍ਹਾਂ ਦੀ ਹੈ, ਤਾਂ ਉਹਦਾ ਵਿਦੇਸ਼ ਜਾਣਾ ਪੱਕਾ, ਡੈਟ ਮੀਨਸ ਉਹਦਾ ਵੀਜ਼ਾ ਲੱਗ ਜਾਏਗਾ। ਸੂਰਿਆ ਸੂਰਿਆ ਗ੍ਰਹਿ ਉਠਦਾ ਹੋਵੇ ਤਾਂ ਜਿਹੜਾ ਹੈਗਾ ਉਹ ਵਿਦੇਸ਼ ਜਾਏਗਾ, ਪਰ ਇਹ ਨਹੀਂ, ਕੁਛ ਹੋਰ ਵੀ ਦੇਖਿਆ ਜਾਂਦਾ ਕੁੰਡਲੀ ਦੇ ਵਿੱਚ ਕਿ ਕਿਹੜੇ ਘਰ ਖਰਾਬ ਹੈ, ਕਿਹੜੇ ਭਾਵ ਖਰਾਬ ਹੈ, ਉਹਨਾਂ ਦਾ ਜਿਹੜਾ ਹੈਗਾ ਗ੍ਰਹਿ ਸ਼ਾਂਤੀ ਹੋ ਜਾਂਦੀ ਹੈ। ਅਗਰ ਸੂਰਿਆ ਉਂਚਦਾ ਵੀ ਹੈ ਜਾਂ ਉਹਨੂੰ ਕੋਈ ਸਾਹਮਣੇ ਤੋਂ ਕੋਈ ਗ੍ਰਹਿ ਦਸ਼ਾ ਮਾਰ ਕਰ ਰਿਹਾ ਹੈ ਤਾਂ ਕੋਈ ਨੈਗੇਟਿਵ ਪ੍ਰਭਾਵ ਦੇ ਹੈ ਤਾਂ ਉਹਨਾਂ ਦਾ ਸਲੂਕ ਉਪਾਅ ਕਰਕੇ ਉਹ ਠੀਕ ਹੋ ਜਾਂਦਾ ਹੈਗਾ। ਅੱਛਾ, ਚਲੋ ਉਪਾਏ ਉਪਾਏ ਤੇ ਕੁਛ ਹੋ ਜਾਏਗਾ, ਲੇਕਿਨ ਅਗਰ ਫਰਜ਼ ਕਰੋ ਅਗਰ ਕਿਸੇ ਦੇ, ਮੈਂ 3-4 ਯੋਗ ਲਿਖ ਕੇ ਰੱਖੇ ਆ, ਮੈਂ ਵੀ ਰਿਸਰਚ ਕਰ ਰਿਹਾ ਇਹਦੇ ਬਾਰੇ, ਕਾਫੀ ਮੇਰਾ ਇੰਟਰਸਟ ਕਾਫੀ ਜਾਗਰਿਤ ਹੋ ਚੁੱਕਿਆ ਹੈ ਐਕਚੁਲੀ ਜੋਤਿਸ਼ ਦੇ ਬਾਰੇ। ਕੁੰਡਲੀ ਦੇ 12ਵੇਂ ਘਰ ਦੀ ਗੱਲ ਕਰੀਏ, 12ਵੇਂ ਘਰ ਵਿੱਚ ਅਗਰ ਅਗਰ 12ਵੇਂ ਦਾ ਸਵਾਮੀ ਜਾਂ ਲਗਨੇਸ਼ ਬੈਠਾ ਹੋਇਆ ਤੇ 12ਵੇਂ ਘਰ ਨਾਲ ਵਿਦੇਸ਼ ਯੋਗ ਬਣਦਾ ਹੈ, ਇਜ਼ ਦੈਟ ਰਾਈਟ ਮੋਰ ਔਰ ਲੈਸ? ਬਿਲਕੁਲ 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 ਬਿਲਕੁਲ। ਤੇ ਜਿਹੜਾ 6th ਹਾਊਸ ਹੈ, 6th ਹਾਊਸ ਛਠੇ ਘਰ ਦੇ ਵਿੱਚ ਅਗਰ ਛਠੇ ਦਾ ਸਵਾਮੀ ਅਗਰ 12ਵੇਂ 'ਚ ਹੈ ਜਾਂ ਛਠੇ ਘਰ ਵਿੱਚ ਚੰਦਵਾ ਹੋ ਤਾਂ ਵੀ ਸ਼ਾਇਦ ਵਿਦੇਸ਼ ਯੋਗ ਬਣਦਾ ਹੈ, ਕਰੈਕਟ? ਬਿਲਕੁਲ ਬਿਲਕੁਲ। ਜੇ ਜੇ ਅਗਰ 10ਵੇਂ ਘਰ ਦਾ ਸਵਾਮੀ, 10ਵੇਂ ਜਿਹੜੇ 10th ਹਾਊਸ ਦਾ ਲਾਰਡ, ਜੋ ਇੱਕ ਪ੍ਰੋਫੈਸ਼ਨ ਦਾ ਲਾਰਡ ਹੈ, ਜਿਹੜੇ ਵਿਵਸਾਇ ਨੂੰ ਸ਼ੋਅ ਕਰਦਾ, ਅਗਰ ਉਹ ਆਪ ਅਗਰ 12ਵੇਂ ਘਰ 'ਚ ਬੈਠਾ, ਇਹਦਾ ਮਤਲਬ ਤਾਂ ਪੱਕਾ ਹੋ ਗਿਆ ਕਿ ਵੀ ਇਹ ਜਦ ਤੱਕ ਜਿਹੜਾ ਬਾਹਰ ਜਾ ਕੇ ਕੁਝ ਕੰਮ ਕਰੇਗਾ, ਜੋਬ ਕਰੇਗਾ, ਬਾਹਰ ਹੀ ਵਿਦੇਸ਼ ਕਰੇਗਾ, ਲੋਕਲ ਨਹੀਂ ਕਰੇਗਾ, ਕਰੈਕਟ? ਬਿਲਕੁਲ, ਪਤਾ ਕੀ ਗੱਲ ਹੈ, ਉਹਦਾ ਮਤਲਬ ਕਿ ਮਨ ਹੀ ਬਾਹਰਲੇ ਪਾਸੇ ਰਹੇਗਾ, ਦੂਜੇ ਕੰਮਾਂ 'ਚ ਉਹਦਾ ਧਿਆਨ ਨਹੀਂ ਰਹੇਗਾ। ਅੱਛਾ 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 ਬਾਹਰ ਜਾ ਕੇ ਫਿਰ ਉਹ ਮਤਲਬ ਇਹੀ ਵਿਵਸਾਈ ਫੋਲੋ ਬਾਹਰ ਜਾ ਕੇ ਦੇਖੋ, ਇਕੱਲਾ ਬਾਹਰ ਜਾਣ ਨਹੀਂ, ਆਪਾਂ ਕਹਿ ਦਈਏ ਕਿਸੇ ਨੂੰ ਰੇਲ ਗੱਡੀ 'ਚ ਚੜਾ ਦਈਏ ਤੇ ਅਗਲਾ ਕਹੇ ਦੇਖੋ ਉੱਥੇ ਜਾ ਕੇ ਮਿਹਨਤ ਤਾਂ ਕਰਨੀ ਪਏਗੀ, ਕਿਤੇ ਹੈ ਮਿਹਨਤ ਤਾਂ ਹੈ ਕਿ ਆਪਾਂ ਕਹਿ ਦਈਏ ਇੱਕ ਜੋਤਿਸ਼ ਨੇ ਕਹਿਤਾ ਤੂੰ ਬਾਹਰ ਜਾਏਗਾ ਤੇ ਅਗਲਾ ਮਿਹਨਤ ਨਾ ਕਰੇ, ਉਹ ਤਾਂ ਇਸੇ ਸਾਰੇ ਬੈਠਾ ਰਹੇ, ਮੈਂ ਤਾਂ ਬਾਹਰ ਜਾਣਾ, ਜੋਤਿਸ਼ ਨੇ ਕਹਿਤਾ ਮੈਨੂੰ, ਇਹ ਨਹੀਂ ਹੈ। ਇਹਦੇ ਨਾਲ ਆਪਣਾ ਜਿਹੜਾ ਕਰਮ ਵੀ ਚੱਲਦਾ, ਕਰਮ ਫਲ ਵੀ ਮਿਲਦਾ ਹੈ। ਨਹੀਂ ਚਲੋ, ਕਰਮ ਕਰਮ ਨੂੰ ਤਾਂ ਮੈਂ ਸਾਈਡ ਕਰਦਾ, ਕਰਮ ਤੇ ਚਲੋ ਮੈਂ ਬਿਲੀਵ ਕਰਦਾ, ਕਰਮ ਹੈ ਤੇ ਨਹੀਂ ਹੈ, ਪਰ ਕਈ ਵਾਰ ਕਾਫੀ ਕੇਸਿਸ ਇਸ ਤਰ੍ਹਾਂ ਦੇ ਕੰਪਲਿਕੇਟਡ ਹੁੰਦੇ ਆ, ਜਿਹੜੇ ਲੋਕ ਮਤਲਬ ਹਤਾਸ਼ ਹੋ ਗਏ, ਉਹਨਾਂ ਨੂੰ ਪਤਾ ਕਿ ਵੀ ਮੇਰਾ 5 ਵਾਰ 6 ਵਾਰ 8 ਵਾਰ ਵੀ ਹੈ ਮੇਰੇ ਕੋਲ ਕੇਸ, ਉਹ ਕਹਿੰਦੇ ਜੀ ਮੇਰਾ ਵੀਜ਼ਾ ਲੱਗ ਹੀ ਨਹੀਂ ਸਕਦਾ, ਜੋ ਵੀ ਉਹਨਾਂ ਦੀ ਮਹਾਂਦਸ਼ਾ ਚੱਲ ਰਹੀ ਹੈ, ਜੋ ਵੀ ਅੰਤਰ ਦਸ਼ਾ ਚੱਲ ਰਹੀ ਹੈ, ਉਹਦੇ ਬਗੈਰ ਅਗਰ ਤੁਸੀਂ ਅਗਰ ਉਹਨਾਂ ਦਾ ਅਗਰ ਅਗਰ ਬਰਥ ਐਸਟ੍ਰੋ ਜਿਹੜੇ ਜਨਮ ਕੁੰਡਲੀ ਦੇਖੋਗੇ, ਅਗਰ ਜੇ ਡਾਇਰੈਕਟਲੀ ਤੁਹਾਨੂੰ ਪਤਾ ਲੱਗ ਜਾਏ ਕਿ 12ਵੇਂ ਘਰ 'ਚ ਇਸ ਤਰ੍ਹਾਂ ਦੇ ਹੈ, ਇੰਡੀਕੇਸ਼ਨ ਮਿਲ ਰਹੇ ਹੈ ਕਿ ਵਿਦੇਸ਼ 'ਤੇ ਜਾਣਾ ਹੀ ਹੋ ਸਕਦਾ, ਅੱਜ ਨਾ ਜਾਏ, ਅਗਲੇ ਸਾਲ ਜਾਏ, 2 ਸਾਲ ਬਾਅਦ ਜਾਏ, ਆ ਅੰਤਰ ਦਸ਼ਾ ਪੂਰੀ ਹੋ ਜਾਏਗੀ ਜਾਂ ਸੂਕਸ਼ਮ ਦਸ਼ਾ ਹੋ ਜਾਏਗੀ ਤਾਂ ਚਲੇ ਜਾਏਗਾ, ਫਿਰ ਤਾਂ ਤੁਹਾਨੂੰ ਇੱਕ ਕੌਨਫੀਡੈਂਸ ਆਏਗਾ ਨਾ ਕਿ ਯੋਗ ਤਾਂ ਬਣਦਾ ਹੀ ਹੁੰਦਾ, ਹੋ ਸਕਦਾ ਕਿ ਆਫਟਰ ਸਮ ਟਾਈਮ ਯੋਗ ਬਣਦਾ ਹੈ। ਇਹਦੇ ਵਿੱਚ ਇੱਕ ਤਾਂ ਦੇਖੋ ਜੀ, ਬੱਚੇ ਦੀ ਡੇਟ ਆਫ ਬਰਥ ਤੇ ਟਾਈਮ, ਸਵੇਰ ਸ਼ਾਮ ਦਾ ਕਿੰਨੇ ਵਜੇ ਦਾ, ਇਹ ਕਰੈਕਟ ਹੋਣਾ ਚਾਹੀਦਾ। ਅਗਰ ਉਹਦਾ ਟਾਈਮ ਗਲਤ ਹੈ ਤਾਂ ਫਿਰ ਆਪਾਂ ਕਹਿ ਦਈਏ ਜੀ ਉਹ ਟਾਈਮ ਅਗਰ ਗਲਤ ਲਿਆ, ਅਗਰ ਗਲਤ ਹੋ ਤਾਂ ਫਿਰ ਨਹੀਂ ਸੈੱਟ ਹੋਏਗਾ, ਬਿਲਕੁਲ ਕਰੈਕਟ ਟਾਈਮ ਹੋਣਾ ਚਾਹੀਦਾ। ਇਹ ਤੇ ਅੱਛਾ ਅੱਛਾ ਕਾਫੀ ਕਾਫੀ ਕੁਝ ਯੋਗ ਉਸ ਤਰ੍ਹਾਂ ਵੀ ਹੈ, ਜਿਹੜੇ ਜਿਸ ਤਰ੍ਹਾਂ ਸੈਵਨਥ ਹਾਊਸ ਹੈ, ਸੈਵਨਥ ਦਾ ਲਾਰਡ ਅਗਰ 12ਵੇਂ 'ਚ ਹੈ ਤੇ ਥਰੂ ਮੈਰਿਜ ਵੀ ਬਾਹਰ ਜਾਏਗਾ, ਜਾਂ ਵਾਈਸ ਵਰਸਾ ਵੀ ਇਸ ਤਰ੍ਹਾਂ ਹੋ ਸਕਦਾ ਕਿ ਮੈਰਿਜ, ਕਈ ਵਾਰ ਹੁੰਦਾ ਨਾ ਕਿ ਵੀ ਰਿਸ਼ਤਾ ਬਾਹਰੋਂ ਆਇਆ ਜੀ, ਰਿਸ਼ਤਾ ਕਰਦੇ ਜੀ, ਮਤਲਬ ਜਿਹੜੇ ਸਪਾਊਸ ਵੀਜ਼ਾ ਜਾ ਰਹੇ ਹੈ ਅੱਜ ਕੱਲ੍ਹ, ਰਿਸ਼ਤੇ ਦੇ ਬੇਸ 'ਤੇ ਉਹਨਾਂ ਨੇ ਉਹ ਬਾਹਰ ਬਾਹਰ ਕੁੜੀ ਆਈ ਜੀ ਮੁੰਡੇ ਨੂੰ ਲੈ ਗਈ, ਸੋ ਇਟਸ ਆਲ ਡਾਇਰੈਕਟਲੀ ਕਨੈਕਟਡ ਟੂ ਮੈਰਿਜ ਥਰੂ ਸੈਵਨਥ ਹਾਊਸ।
ਤੁਸੀਂ ਆਪਣੇ ਬੇਟੇ ਦੇ ਬਾਰੇ ਦੱਸੋ ਕਿ ਤੁਹਾਡੇ ਤੁਸੀਂ ਆਪ ਜੋਤਿਸ਼ ਮਾਹਿਰ ਜੋਤਿਸ਼ ਹੋ ਤੁਹਾਡੇ ਬੇਟੇ ਦਾ ਵੀ ਵੀਜ਼ਾ ਰਿਫਿਊਜ਼ ਹੋ ਚੁੱਕਿਆ ਸੀ ਐਟਲੀਸਟ ਇੱਕ ਵਾਰ ਸ਼ਾਇਦ ਮੇਰੇ ਖਿਆਲ ਅਤੇ ਉਹਦੇ ਬਾਅਦ ਫਿਰ ਉਹ ਅਸੀਂ ਵੀ ਕੋਸ਼ਿਸ਼ ਕੀਤੀ ਅਤੇ ਹੁਣ ਵੀਜ਼ਾ ਤਾਂ ਉਹਦਾ ਲੱਗਿਆ ਪਿਛਲੇ ਤਿੰਨ ਦਿਨ ਪਹਿਲਾਂ ਵੀਜ਼ਾ ਮਤਲਬ ਅਪਰੂਵ ਹੋ ਗਿਆ ਸੋ ਤੁਸੀਂ ਆਪਣੇ ਬੇਟੇ ਦੀ ਜਨਮ ਕੁੰਡਲੀ ਵਿੱਚ ਦੇਖੀ ਸੀ ਕੁਝ ਇਸ ਤਰ੍ਹਾਂ ਦੀ ਵਿਦੇਸ਼ ਯੋਗ ਹੈ ਲੇਕਿਨ ਉਹਦਾ ਕਾਲ ਖਰਾਬ ਚੱਲ ਰਿਹਾ ਇਹ ਉਹਦੇ ਬਾਰੇ ਦੱਸੋ ਕੁਛ ਦੇਖੋ ਜੀ ਯੋਗ ਇਹਦਾ ਸੀਗਾ ਯੋਗ ਇਹਦਾ ਕੁੰਡਲੀ ਦੇ ਹਿਸਾਬ ਨਾਲ ਬਣ ਰਿਹਾ ਸੀ ਲੇਕਿਨ ਇਹਨੂੰ ਜਿਹੜਾ ਕਿ ਸ਼ਨੀ ਦੀ ਦਸ਼ਾ ਖਰਾਬ ਚੱਲ ਰਹੀ ਸੀ ਕਿਉਂਕਿ ਮਿਥੁਨ ਰਾਸ਼ੀ ਦਾ ਜਿਹੜਾ ਹੈਗਾ ਸ਼ਨੀ ਦਾ ਜਿਹੜਾ ਹੈਗਾ ਢਈਆ ਖਰਾਬ ਚੱਲ ਰਿਹਾ ਸੀ ਉਸ ਪੀਰੀਅਡ ਦੇ ਵਿੱਚ ਇਹਦਾ ਜਿਹੜਾ ਹੈਗਾ ਬਿਲਕੁਲ ਜਿਹੜਾ ਹੈਗਾ ਢਿੱਲਮਿਸ ਆ ਰਹੀ ਸੀਗੀ ਕੋਈ ਇਹਦਾ ਜਿਹੜਾ ਹੈਗਾ ਉਹਦੇ ਜਦੋਂ ਤੱਕ ਢਈਆ ਪੂਰਾ ਨਹੀਂ ਹੋਇਆ ਉਦੋਂ ਤੱਕ ਇਹਦਾ ਨਹੀਂ ਬਣ ਸਕਦਾ ਸੀ ਜੀ ਤੁਸੀਂ ਮੈਨੂੰ ਇਹ ਵੀ ਦੱਸਿਆ ਸੀ ਕਿ ਵੀ ਤੁਸੀਂ ਆਪ ਹੀ ਕੋਈ ਪ੍ਰੈਡਿਕਸ਼ਨ ਕਰਤੀ ਸੀ ਮੇਰੇ ਖਿਆਲ ਪਿਛਲੇ ਹਫਤੇ ਆਪਣੇ ਵਾਈਫ ਨੂੰ ਕਿ ਵੀ ਇਹਦਾ ਕੰਮ ਹੋ ਜਾਣ ਵਾਲਾ ਹੈ ਹੋ ਜਾਏਗਾ ਮੇਰੇ ਖਿਆਲ ਇਸ ਹਫਤੇ ਅਗਲੇ ਹਫਤੇ ਕਰੈਕਟ ਬਿਲਕੁਲ 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 ਮੈਂ ਕਹਿਤਾ ਸੀਗਾ ਕਿ ਆ ਜਿਹੜਾ ਹੁਣ ਸਾਉਣ ਦਾ ਮਹੀਨਾ ਹੈਗਾ ਇਹ ਜਿਹੜੀ ਰੱਖੜ ਪੂਰਨਿਮਾ ਹੁਣ ਜਿਹੜੀ ਹੈ ਉਦੋਂ ਇਹ ਵਿਦੇਸ਼ 'ਚ ਹੋਏਗਾ ਇਹਦਾ ਵੀਜ਼ਾ ਲੱਗ ਜਾਏਗਾ ਵਾਹ 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 ਦੇਖੋ ਹੁਣ ਪਾਸਪੋਰਟ ਅਪਰੂਵਲ ਵੀ ਆ ਗਈ ਹੈ ਅਤੇ ਪਾਸਪੋਰਟ ਹੁਣ ਜਮ੍ਹਾਂ ਕਰੇਗਾ ਇਹਦੇ ਹੱਥ 'ਚ ਅਪਰੂਵਲ ਵੀ ਹੈ ਕਰਦੇ ਕਰਦੇ ਇਹਦੇ ਉਨਾ ਟਾਈਮ ਲੱਗ ਹੀ ਜਾਣਾ ਮਤਲਬ ਕਿ ਹਫ਼ਤਾ ਦੋ ਹਫ਼ਤੇ ਲੱਗ ਹੀ ਜਾਣਾ ਉਹਦੇ ਬਾਅਦ ਫਿਰ ਜਦ ਵੀ ਟਿਕਟ ਬੁੱਕ ਕਰਾਏਗਾ ਸੋ ਅਕੋਰਡਿੰਗ ਟੂ ਯੋਰ ਪ੍ਰੋਡਿਕਸ਼ਨ ਉਹ ਉਸੇ ਹਿਸਾਬ ਨਾਲ ਚੱਲ ਰਹੀ ਸੀ ਗੱਲਬਾਤ ਦੇਖੋ ਉਹ ਤਾਂ ਸਾਰਾ ਕੁਛ ਠੀਕ ਹੈ ਚਲੋ ਮੈਂ ਜੋਤਸ਼ੀ ਹਾਂ ਚਲੋ ਮੈਂ ਕੁੰਡਲੀ ਦੇ ਹਿਸਾਬ ਨਾਲ ਵੀ ਦੇਖਿਆ ਜੋ ਵੀ ਕੁਛ ਹੈ ਲੇਕਿਨ ਇੱਕ ਚੀਜ਼ ਇਹ ਵੀ ਹੈ ਕਿ ਦੇਖੋ ਇਕੱਲਾ ਮੇਰੇ ਦੇਖਣ ਨਾਲ ਇਹਦੇ ਵਿੱਚ ਮਿਹਨਤ ਤੁਹਾਡੀ ਵੀ ਹੈ ਤੁਸੀਂ ਸਹੀ ਢੰਗ ਨਾਲ ਇਹਦੀ ਜਿਹੜੀ ਫਾਈਲ ਲਾਈ ਹੈ ਕਾਗਜ਼ ਵਗੈਰਾ ਸਾਰਾ ਸਟੱਡੀ ਕਰਕੇ ਚੰਗੀ ਤਰ੍ਹਾਂ ਦੇਖ ਤਾਂ ਦੇਖੋ ਜੀ ਆਪਾਂ ਵੈਸੇ ਹੀ ਆਪਾਂ ਇੱਕ ਚੀਜ਼ ਨੂੰ ਵੈਸੇ ਸਿੱਟ ਦਈਏ ਚਲੋ ਆਪਾਂ ਲਾਤੀ ਜੀ ਹੋ ਜਾਏਗਾ ਇੱਕ ਇੱਕ ਚੀਜ਼ ਬਰੀਕੀ ਨਾਲ ਦੇਖ ਕੇ ਤੁਸੀਂ ਉਹ ਚੀਜ਼ ਦਾ ਅਧਿਐਨ ਕਰਕੇ ਤੁਸੀਂ ਵੀ ਤਾਂ ਅਧਿਐਨ ਕੀਤਾ ਨਾ ਸਾਰੀ ਚੀਜ਼ਾਂ ਨੂੰ ਫੋਲੋ ਕਰਕੇ ਵੀ ਹਾਂਜੀ ਏਦਾਂ ਕਰਨਾ ਏਦਾਂ ਕਰਨਾ ਹੱਥ ਇਹਦੇ ਵਿੱਚ ਤੁਹਾਡਾ ਵੀ ਹੈ ਜੀ ਇਕੱਲਾ ਮੇਰਾ ਹੀ ਨਹੀਂ ਹੈ ਕਿ ਮੇਰੇ ਇੱਕ ਕੁੰਡਲੀ ਦੇਖਣ ਨਾਲ ਜੇ ਹੋ ਗਿਆ ਇਹ ਸਾਰੀ ਟੀਮ ਨਾਲ ਹੀ ਕੰਮ ਹੁੰਦਾ ਹੈਗਾ ਜੇ ਜੋਤਿਸ਼ ਇਕੱਲਾ ਦੱਸਦੇ ਤੇਰਾ ਇਹ ਉਪਾਅ ਹੋਏਗਾ ਜਾਂ ਤੇਰੇ 'ਚ ਇਹ ਕਮਜ਼ੋਰੀ ਹੈ ਦੇਖੋ ਜੀ ਅਗਰ ਉਹ ਆਪਣੀਆਂ ਕਮਜ਼ੋਰੀਆਂ ਨੂੰ ਉਹਦਾ ਸੋਲੂਸ਼ਨ ਕਰੇਗਾ ਤਾਂ ਹੀ ਹੋਏਗਾ ਉਹਨੂੰ ਡਾਕਟਰ ਕਹਿ ਦਿੰਦਾ ਤੁਸੀਂ ਜਾ ਕੇ ਦਵਾਈ ਲੈ ਲਓ ਤੇਰੀ ਆਹ ਬਿਮਾਰੀ ਹੈ ਉਹ ਦਵਾਈ ਸਿਰਾਣੇ ਕੋਲੇ ਜਾ ਕੇ ਰੱਖ ਦੇ ਤੇ ਉਹਨੂੰ ਲਵੇ ਹੀ ਨਾ ਤਾਂ ਫਿਰ ਉਹ ਡਾਕਟਰ ਦਾ ਦੋਸ਼ ਨਹੀਂ ਨਾ ਡਾਕਟਰ ਨੇ ਤਾਂ ਉਹਨੂੰ ਕਹਿਤਾ ਟ੍ਰੀਟਮੈਂਟ ਕਰਕੇ ਦੇ ਤਾ ਉਹੀ ਗੱਲ ਇਹਦੇ 'ਚ ਸੀਗੀ ਮੈਨੂੰ ਵਾਰ ਵਾਰ ਕਹਿੰਦਾ ਸੀ ਇਹ ਉਪਾਅ ਕਰ ਇਹ ਕਰ ਏਦਾਂ ਤੇਰਾ ਬਣੇਗਾ ਇੰਨੇ ਤੇਰਾ ਇਹ ਹੈ ਠੀਕ ਹੈ ਜੀ ਜਿਹੜਾ ਕੁਛ ਹੋਇਆ ਉਹ ਜਿਹੜਾ ਬਾਕੀ ਈਸ਼ਵਰ ਪਰਮਾਤਮਾ ਤੋਂ ਵੱਡਾ ਕੋਈ ਵੀ ਹੈ ਨਹੀਂ ਇਨਸਾਨ ਕੋਸ਼ਿਸ਼ ਕਰਦਾ ਹੈ ਬਾਕੀ ਸਭ ਈਸ਼ਵਰ ਦੇ ਹੱਥ ਹੁੰਦਾ ਜੀ ਆਪਾਂ ਆਪਣਾ ਕਰਮ ਕਰਨਾ ਪੈਂਦਾ ਜੀ ਕਰਮ ਕਰਾਂਗੇ ਫਲ ਈਸ਼ਵਰ ਨੇ ਦੇਣਾ ਕਰਮ ਮਿਹਨਤ ਨਹੀਂ ਕਰਾਂਗੇ ਤੇ ਆਪਾਂ ਨੂੰ ਉਹ ਫਲ ਨਹੀਂ ਮਿਲਾ ਆਪਾਂ ਕਹੀਏ ਵਿਹਲੇ ਬੈਠੇ ਰਹੀਏ ਲਕਸ਼ਮੀ ਉੱਪਰੋਂ ਡਿੱਗ ਪਏ ਜਾਂ ਮੈਂ ਲਖਪਤੀ ਕਰੋੜਪਤੀ ਬਣ ਜਾਂ ਨਹੀਂ ਬਣ ਸਕਦਾ ਜੀ ਕੰਮ ਕਰਨਾ ਪਏਗਾ ਮਿਹਨਤ ਕਰਨੀ ਪਏਗੀ ਇਹ ਮੁੰਡਾ ਜਿਹੜਾ ਆਪਣਾ ਕਿੰਨੇ ਸਾਲ ਤੋਂ ਕੋਸ਼ਿਸ਼ ਕਰ ਰਿਹਾ ਵਿਦੇਸ਼ ਜਾਣ ਲਈ ਦੋ ਸਾਲ ਤਿੰਨ ਸਾਲ ਤਿੰਨ ਸਾਲ ਹੋ ਗਈ ਥ੍ਰੀ ਇਅਰਸ ਹੋ ਗਏ ਲੇਕਿਨ ਅਗਰ ਅਗਰ ਇਹਦੀ ਦਸ਼ਾ ਠੀਕ ਨਹੀਂ ਸੀ ਪਹਿਲਾਂ ਤੇ ਜਿਹੜਾ ਜਦ ਇਹ ਰਿਜੈਕਟ ਹੋਇਆ ਪਿਛਲੇ ਮੇਰੇ ਤੱਕ ਪਹੁੰਚਣ ਤੋਂ ਪਹਿਲਾਂ ਇਹ ਰਿਜੈਕਟ ਹੋਇਆ ਹੈ ਉਹਦੇ ਬਾਰੇ ਤੁਹਾਨੂੰ ਆਲਰੇਡੀ ਮਤਲਬ ਫੀਲ ਹੋ ਗਿਆ ਹੋਣਾ ਕਿ ਵੀ ਇਹਦੀ ਦਸ਼ਾ ਹੀ ਠੀਕ ਨਹੀਂ ਹੈ ਤੇ ਰਿਜੈਕਟ ਹੋਣਾ ਹੀ ਸੀ ਇਜ਼ ਦੈਟ ਰਾਈਟ ਬਿਲਕੁਲ ਬਿਲਕੁਲ ਇਹ ਮੈਨੂੰ ਕਹਿੰਦਾ ਵੀ ਹੁੰਦਾ ਸੀ ਕਹਿੰਦਾ ਪਾਪਾ ਤੁਸੀਂ ਲੋਕਾਂ ਦੇ ਕੁੰਡੀਆਂ ਦੇਖ ਦਿਓ ਤੁਸੀਂ ਉਹਨਾਂ ਨੂੰ ਕਰਦਾ ਉਹ ਵਿਦੇਸ਼ ਜਾ ਵੜਿਆ ਉਹ ਜਾ ਵੜਿਆ ਬਿਲਕੁਲ ਮੈਂ ਕਿਹਾ ਬੇਟਾ ਏਦਾਂ ਨਹੀਂ ਤੇਰੇ ਮੈਂ ਲੋਕਾਂ ਦੇ ਕਰਨਾ ਇਹ ਨਹੀਂ ਤੂੰ ਮੇਰਾ ਬੇਟਾ ਹੈ ਤੇ ਮੈਂ ਤੈਨੂੰ ਸਿੱਧਾ ਪਹੁੰਚਾ ਦਿਆਂਗਾ ਨਹੀਂ ਤੇਰੀ ਇਹਦੇ ਵਿੱਚ ਨਹੀਂ ਯੋਗ ਬਣਦਾ ਤੂੰ ਰਹਿਣ ਦੇ ਬਟ ਇਹਨੇ ਦੇਖੋ ਗੱਲ ਹੈ ਵੀ ਇਹਨੇ ਮੇਰੀ ਗੱਲ ਨੂੰ ਜਿਹੜਾ ਹੈਗਾ ਉਦੋਂ ਇੱਧਰੋਂ ਸੁਣਿਆ ਤੇ ਇੱਧਰੋਂ ਕੱਢਤਾ ਇਹ ਆਪਣੇ ਫਰੈਂਡ ਦੇ ਦੋਸਤ ਨੇ ਕਹਿਤਾ ਜੀ ਇਹ ਕੁਛ ਨਹੀਂ ਜੀ ਆਪਾਂ ਐਂ ਕਰਦੇ ਹਾਂ ਆਪਾਂ ਟੂਰਿਸਟ ਆਪਾਂ ਉਹਦੇ ਘੁੰਮਣ ਵਾਸਤੇ ਚੱਲ ਘੁੰਮਣ ਵਾਸਤੇ ਚੱਲਦੇ ਹਾਂ ਆਪਾਂ ਘੁੰਮਾਂਗੇ ਆਪਾਂ ਉਹ ਦੇਖਾਂਗੇ ਕਿਉਂਕਿ ਵਿਦੇਸ਼ਾਂ ਦਾ ਨਵੀਂ ਜਨਰੇਸ਼ਨ ਨੂੰ ਸ਼ੌਂਕ ਹੁੰਦਾ ਹੈਗਾ ਮੈਂ ਕਿਹਾ ਬੇਟਾ ਜਮਾ ਨਹੀਂ ਪੈਸਾ ਵੀ ਖਰਾਬ ਹੋ ਗਿਆ ਸਮੇਂ ਵੀ ਖਰਾਬ ਹੋਏਗਾ ਪਰ ਇਹਦਾ ਦੋਸਤ ਜਿਹੜਾ ਸੀਗਾ ਉਹਦਾ ਕਹਿਣਾ ਇਹ ਜ਼ਿਆਦਾ ਮੰਨਦਾ ਸੀ ਉਹਨੂੰ ਖਿੱਚ ਕੇ ਕਹਿੰਦਾ ਨਹੀਂ ਨਹੀਂ ਕੁਛ ਨਹੀਂ ਹੁੰਦਾ ਛੱਡ ਦੇ ਕਹਿੰਦਾ ਐਵੇਂ ਤੇਰੇ ਪਾਪਾ ਤਾਂ ਐਵੇਂ ਕਹਿੰਦੇ ਆ ਜੋਤਿਸ਼ ਦਾ ਛੱਡ ਪਰੇ ਤੇ ਇਹ ਉਹਦੇ ਮਗਰ ਲੱਗ ਕੇ ਤੇ ਨਾ ਤਾਂ ਦੋਨਾਂ ਦੇ ਹੀ ਪੂਜਾ ਆ ਗਿਆ ਹੁਣ ਦੋਸਤ ਨੂੰ ਵੀ ਪਤਾ ਲੱਗ ਜਾਏਗਾ ਕਿ ਜੋਤਿਸ਼ ਵਿੱਚ ਪਾਵਰ ਹੈ ਜੋ ਲਿਖਿਆ ਹੈ ਉਹਦੇ ਤਰੀਕੇ ਨਾਲ ਹੋਇਆ ਸੋ ਜੋਤਿਸ਼ ਵਿੱਚ ਪਾਵਰ ਹੈ ਪ੍ਰੋਵਾਈਡਡ ਕਿ ਸਹੀ ਸੰਜੋਗ ਸਹੀ ਟਾਈਮ ਹੋ ਜਾਏ ਅੱਛਾ ਇਹਦੇ 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 ਦਸਵੇਂ ਘਰ 'ਚ ਵੀ ਕੌਣ ਕਿਹੜੇ ਕਿਹੜੇ ਸਵਾਮੀ ਬੈਠੇ ਆ ਕੀ ਇਹਦਾ ਪ੍ਰੋਫੈਸ਼ਨ ਕੀ ਹੋਏਗਾ ਬਾਹਰ ਜਾ ਕੇ ਇਹ ਸਕਸੈਸਫੁਲ ਹੋਏਗਾ ਮਿਹਨਤ ਕਰੇਗਾ ਇਹ ਮਿਹਨਤ ਤੋਂ ਪਿੱਛੇ ਨਹੀਂ ਭੱਜੇਗਾ ਇਹ ਕਾਮਯਾਬ ਹੋਣ ਲਈ ਇਹ ਜਿਹੜਾ ਹੈਗਾ ਦਿਨ ਰਾਤ ਜਿਹੜਾ ਹੈਗਾ
ਇਹ ਚੀਜ਼ ਨੂੰ ਰਹੇਗਾ ਕਿ ਮੈਂ ਆਪਣੇ ਮਾਂ ਪਿਓ ਦਾ ਨਾਂ ਰੋਸ਼ਨ ਕਰਾਂ, ਮੈਂ ਕੁਛ ਬਣ ਕੇ ਦਿਖਾਵਾਂ ਲਾਈਫ ਦੇ ਵਿੱਚ, ਇਹਦੇ ਜਿਹੜਾ ਹੈਗਾ ਬਹੁਤ ਹੀ ਚੰਗਾ ਸੁਨਹਿਰਾ ਭਵਿੱਖ ਹੈਗਾ। ਬਟ ਇਹਨੂੰ ਈਸ਼ਵਰ ਦੇ ਪ੍ਰਤੀ ਉਹਨਾਂ ਦਾ ਵੀ ਜਿਹੜਾ ਹੈਗਾ, ਜਿਹੜਾ ਕੁਛ ਵੀ ਹੈ ਪੂਜਾ ਪਾਠ ਕਰੇ, ਕੋਈ ਨਾਮ ਸਿਮਰਨ ਪਰਮਾਤਮਾ ਦਾ ਨਾਂ, ਉਹਦੀ ਓਟ ਅਗਰ ਥੱਲੇ ਰਹੇ। ਦੇਖੋ ਜੀ, ਨੀਵੇਂ ਦਰਖਤਾਂ ਨੂੰ ਫਲ ਲੱਗਦੇ ਹੈ, ਹੰਕਾਰ ਨਾ ਕਰੇ। ਜਿੱਦੇ ਹੰਕਾਰ ਕਰੇਗਾ ਫਿਰ ਨਹੀਂ ਬਣੇਗਾ, ਹੰਕਾਰ ਨਾ ਕਰੇ। ਇਹੀ ਦੋ ਗੱਲਾਂ, ਇੱਕ ਤਾਂ ਹੰਕਾਰ ਨਹੀਂ ਕਰਨਾ, ਇੱਕ ਵੱਡਿਆਂ ਦਾ ਸਨਮਾਨ ਕਰਨਾ ਹੈ, ਇੱਜ਼ਤ ਦੇਣੀ ਹੈ। ਪਰ ਪ੍ਰੋਫੈਸ਼ਨ, ਪ੍ਰੋਫੈਸ਼ਨ ਇਹਦਾ 10ਵਾਂ ਘਰ 10 ਕੀ ਰਿਹਾ, ਕਿਹੜਾ ਪ੍ਰੋਫੈਸ਼ਨ ਚੂਜ਼ ਕਰੇਗਾ ਇਹ? ਇਹਨੂੰ ਜੀ ਇੱਕ ਤਾਂ ਦੇਖੋ ਜਿਵੇਂ ਆਹ ਲਾ ਲਓ ਜੀ, ਮਸ਼ੀਨਰੀ ਲਾ ਲਓ, ਡਰਾਈਵਰ ਲਾ ਲਓ, ਮਸ਼ੀਨਰੀ ਦੇ ਵਿੱਚ ਹੈਗਾ ਗੱਡੀ ਚਲਾਉਣਾ, ਮਸ਼ੀਨਰੀ ਵਗੈਰਾ। ਇੱਕ ਆ ਜਿਹੜਾ ਕਿ ਆ ਕੰਮ ਹੁੰਦਾ ਕੰਸਟਰਕਸ਼ਨ ਦਾ, ਮਤੇ ਕੰਮ ਹੁੰਦਾ ਬਿਲਡਿੰਗਾਂ ਬਣਾਉਣੀਆਂ, ਜਿਵੇਂ ਮਕਾਨ ਵਗੈਰਾ ਬਣਾਉਣੇ, ਠੇਕੇ ਦੇ ਠੇਕੇ ਲੈਣੇ, ਉਹਦੇ ਵਿੱਚ ਮਤਲਬ ਕਿ ਕਾਮਯਾਬ ਰਹੇਗਾ। ਜੀ 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 ਜੀ, ਚਲੋ ਇਸ ਤਰ੍ਹਾਂ ਦੇ ਕੰਮ ਤੇ ਬਹੁਤ ਬਹੁਤ ਇਹਨਾਂ ਨੂੰ ਅਵਸਰ ਮਿਲਣਗੇ ਕਹਿਣ ਦਾ, ਤੇ ਬਹੁਤ ਖੁਸ਼ੀ ਹੋਈ ਸਾਰਿਆਂ ਨੂੰ ਮਿਲ ਕੇ, ਤੇ ਤੁਹਾਡੇ ਨਾਲ ਵੀ ਤੁਸੀਂ ਵੀ ਕੁਝ। ਇੱਕ ਹੋਰ ਮੈਂ ਸਾਰਿਆਂ ਲਈ, ਮੈਂ ਦੇਖੋ ਜੇ ਮੰਨੋ ਤਾਂ, ਮੈਂ ਤਾਂ ਛੋਟਾ ਜਿਹਾ ਪੰਡਿਤ ਹੈ, ਮੈਨੂੰ ਕੁਛ ਨਹੀਂ ਆਉਂਦਾ, ਮੈਂ ਮੇਰੇ ਚ ਮੈਂ ਨਹੀਂ ਆਉਣੀ ਚਾਹੀਦੀ, ਜੋ ਕੁਛ ਆਉਂਦਾ ਇੱਥੋਂ ਹੀ ਸਿੱਖਿਆ ਸਾਰਾ ਕੁਛ। ਦੇਖੋ ਜੀ ਇੱਕ ਗੱਲ ਇਹ ਹੈ, ਜਿਵੇਂ ਕੋਈ ਆਪਣੇ ਅੰਦਰ ਬਲੱਡ ਹੁੰਦਾ, ਅਗਰ ਆਪਣਾ ਬਲੱਡ ਘੱਟ ਜੇ, ਡਾਕਟਰ ਕਹਿੰਦੇ ਤੇਰੇ ਚ 5-6 ਗ੍ਰਾਮ ਖੂਨ ਰਹਿ ਗਿਆ, ਅਗਰ ਤੂੰ ਇਹ ਫਰੂਟ ਖਾ, ਇਹ ਦਵਾਈਆਂ ਖਾ, ਤੇਰੇ ਅੰਦਰ ਬਲੱਡ ਬਣ ਜਾਏਗਾ। ਤਾਕਤ ਬਲੱਡ ਨੇ ਦੇਣੀ ਹੈ ਨਾ, ਅਗਰ ਬਲੱਡ ਹੈ ਨਹੀਂ ਤੇ ਆਪਾਂ ਮੰਜੇ ਤੇ ਪਏ ਰਹਾਂਗੇ, ਨਹੀਂ ਆਪਾਂ ਤੁਰਸੇ। ਉਸੇ ਤਰੀਕੇ ਨਾਲ ਕੁੰਡਲੀ ਦੇ ਨਾਲ ਨਾਲ ਤੁਸੀਂ ਪਰਮਾਤਮਾ ਈਸ਼ਵਰ ਦੇ ਪ੍ਰਤੀ ਅਗਰ ਵਿਸ਼ਵਾਸ ਰੱਖੋਗੇ, ਅਗਰ ਲਗਨ ਤੁਹਾਡੇ ਵਿੱਚ ਹੈ, ਅਗਰ ਇਹਨਾਂ ਚੀਜ਼ਾਂ ਨੂੰ ਤੁਸੀਂ ਰੱਖੋਗੇ, ਹਾਂ ਵੀ ਮੈਂ ਲਗਨ ਮਿਹਨਤ ਵੀ ਕਰਨੀ ਹੈ ਤੇ ਮੈਂ ਇਹ ਵੀ ਚੀਜ਼ ਕਰਨਾ, ਮੈਂ ਇਹਨਾਂ ਚੀਜ਼ਾਂ ਨੂੰ ਹੈ ਵਿਸ਼ਵਾਸ ਹੈ ਪਰਮਾਤਮਾ ਈਸ਼ਵਰ ਦੇ ਪ੍ਰਤੀ, ਉਹਨਾਂ ਦੀ ਦੇਖੋ ਜੀ ਕੁਛ ਵੀ ਘਰੋਂ ਨਿਕਲੋ, ਕੋਈ ਫੈਲ ਲਾਣੀ ਹੈ, ਕਿਤੇ ਵੀ ਜਾਣਾ, ਆਪਣੇ ਈਸ਼ਵਰ ਜਿਹਨੂੰ ਵੀ ਮੰਨਦੇ ਹੋ ਤੁਸੀਂ, ਉਹਨਾਂ ਦਾ ਨਾਂ ਲੈ ਕੇ ਅਗਰ ਤੁਸੀਂ ਜਾਓਗੇ ਤਾਂ ਸਕਸੈਸਫੁਲ ਹੋਵੋਗੇ। ਕਮੰਡ ਕਰਨਾ ਨਹੀਂ ਹੈ, ਕਿੰਨਾ ਹੀ ਤੁਸੀਂ ਕਾਮਯਾਬ ਹੋ ਜਾਓ, ਕਮੰਡ ਨਹੀਂ ਕਰਨਾ ਬਸ। ਠੀਕ ਹੈ ਜੀ, ਥੈਂਕ ਯੂ ਵੈਰੀ ਮੱਚ, ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣਾ ਕੀਮਤੀ ਸਮਾਂ ਦਿੱਤਾ, ਤੇ ਲਾਓ ਵੀਜ਼ਾ ਤੇ ਆਪਣਾ ਫਲਾਈਟ ਚੜੋ, ਤੇ ਫਿਰ ਦੇਖੋ ਕੀ ਨਜ਼ਾਰੇ ਆ ਕੈਨੇਡਾ ਦੇ, ਕੀ ਹੁੰਦਾ ਹੈ। ਕੋਈ ਨੀ ਜੀ, ਤੁਹਾਡਾ ਹੀ ਬਹੁਤ ਬਹੁਤ ਧੰਨਵਾਦ, ਤੁਹਾਡੇ ਸਾਰਿਆਂ ਦਾ, ਸਾਰੀ ਟੀਮ ਦਾ ਧੰਨਵਾਦ ਜੀ ਸਾਰਿਆਂ ਦਾ ਜੀ। ਥੈਂਕ ਯੂ, ਬਹੁਤ 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 ਖੁਸ਼ੀ ਹੋਈ ਜੀ, ਬਹੁਤ ਤੁਹਾਡੇ ਨਾਲ ਗੱਲ ਕਰਕੇ, ਤੁਸੀਂ ਕੀਮਤੀ ਸਮਾਂ ਕੱਢਿਆ, ਬਹੁਤ ਬਹੁਤ ਧੰਨਵਾਦ। ਥੈਂਕ ਯੂ, ਸਤਿ ਸ਼੍ਰੀ ਅਕਾਲ ਸਰ।